ਇੱਕ ਬਾਦਸ਼ਾਹ ਸੀਗਾ ਉਹਦੇ 4 ਪੁੱਤਰ ਤੀਗੇ ਉਹ ਬਾਦਸ਼ਾਹ ਦੇ ਕੋਈ ਕੰਮ ਪਿਛਲਾ ਕਰਿਆ ਕਰਕੇ ਕੋੜ ਫੁੱਟਿਆ ਆ ਕੋੜ ਕਹੀ ਜੀ ਚੀਜ਼ ਸੀਗੀ ਹੁਣ ਵੀ ਹੈ ਦੁਨੀਆ ਦੇ ਕੀ ਕਾ ਹੁਣ ਇਲਾਜ ਚੱਲ ਪੇ ਪਰ ਫੇਰ ਵੀ ਪੱਕਾ ਇਲਾਜ ਨਹੀਂ ਉਹਦਾ ਹੈਗਾ ਕਿਉਂ ਜਦੋਂ ਬੰਦੇ ਤੇ ਬਿਫਤਾ ਪੈਂਦੀ ਹੈ ਫਿਰ ਸਾਰੇ ਸੰਗ ਛੱਡ ਜਾਂਦੇ ਨੇ ਚਾਰੇ 누ਹਾ ਨਫ਼ਰਤ ਕਰਨ ਲੱਗੀ ਆ ਔਰਤ ਨਫ਼ਰਤ ਕਰਨ ਲੱਗੀ ਚਾਰੇ ਪੁੱਤਾਂ ਦਾ ਵਰਤ ਕਰਨ ਲੱਗੇ ਬਾਹਰ ਖੁਸ਼ੀ ਉੱਥੇ ਚੁੰਮੀ ਪਾ ਕੇ ਰਾਜਾ ਬਹਾਤਾ ਰਾਜਾ ਪਛੇੜਾ ਕਹੇ ਵੀ ਮੈਂ ਤੁਹਾਨੂੰ ਪਾਲਿਆ ਆ ਦੇ ਬੱਚਾ ਨੂੰ ਵੀ ਮੈਨੂੰ ਸਾਹਮਣੂ ਮੈਂ ਦੁਖੀ ਹੋਣਾ ਤੇ ਉਹਨੂੰ ਰੋਟੀ ਬਾਸ ਦੇ ਨਾਲ ਫੜਾਇਆ ਕਰਨ ਵੀ ਸਾਡਾ ਕਿਤੇ ਹੱਥ ਨਾ ਲੱਗ ਜੇ ਦੂਰੋਂ ਹੀ ਉਹਦਾ ਇੱਕ ਮਿੱਤਰ ਦੀ ਫਿਰ ਜ਼ਿਮੀਂਦਾਰ ਉਹਨੇ ਚਿੱਠੀ ਲਿਖੀ ਕਹਿੰਦਾ ਕਹਿੰਦੇ ਹੁੰਦੇ ਨੇ ਵੀ ਜਿਹੜਾ ਮਿੱਤਰ ਅਸਲੀ ਆ ਵਕਤ ਤੇ ਵੇਲੇ ਬੋੜਦਾ ਹੁੰਦਾ ਉਹ ਕਹਿੰਦਾ ਮੇਰੇ ਨਾਲ ਤਾਂ ਆਏ ਹੋਗੀ ਵੀ ਮੈਂ ਮੌਤੋਂ ਖਾਂ ਪਰਿਵਾਰ ਨੇ ਸਾਰੇ ਨੇ ਮੈਨੂੰ ਬਾਹਰ ਖੂਦੇ ਉੱਤੇ ਭੇਜਤਾ ਮੈਨੂੰ ਰੋਟੀ ਵੀ ਬਾਸ ਨਾ ਫੜਾਉਂਦਿਆ ਦੂਰੋਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਆ ਰਿਹਾ ਤੈਨੂੰ ਮਿਲੂੰਗਾ ਉਹ ਕੋੜੀ ਤੇ ਚੜ ਗਿਆ ਕੋੜੀ ਤੇ ਚੜਿਆ ਇੱਕ ਬੈਦ ਕੋਲੇ ਗਿਆ ਬੜਾ ਉਹ ਬੈਦ ਟਕੜਾ ਸੀਗਾ ਤੇ ਰੱਬ ਕਰਨੀ ਉਹਦੇ ਵਿੱਚ ਗੁਣ ਹੈਗੇ ਸੀਗੇ ਉਹ ਕਹਿੰਦਾ ਯਾਰ ਮੇਰਾ ਇੱਕ ਰਾਜਾ ਮਿੱਤਰ ਹੈ ਉਹਦੇ ਚੱਲ ਗਿਆ ਕੋੜ ਕੋਈ ਦਵਾਈ ਹੈਗੀ ਕਹਿੰਦਾ ਦਵਾਈ ਤਾਂ ਹੈਗੀ ਪਰ ਬਹੁਤ ਕਾਠਣਾ ਬਹੁਤ ਔਖੀ ਆ ਕਹਿੰਦਾ ਯਾਰ ਕਿੰਨੀ ਕਾਠਣਾ ਮੈਂ ਕਰੂੰਗਾ ਕੰਮ ਕਹਿੰਦਾ ਵੇਖ ਲਾ ਕਹਿੰਦਾ ਮਾ ਜੀ ਕਹਿੰਦਾ ਤੇਰੇ ਕਾਏ ਮੁੰਡੇ ਨੇ ਕਹਿੰਦਾ ਚਾਰ ਨਹੀਂ ਕਹਿੰਦਾ ਜੇਠੇ ਪੁੱਟ ਦਾ ਗਲ ਵੱਢ ਕੇ ਗੜ ਵੀ ਖੂਨ ਦੀ ਲਿਆ ਉਹਦੇ ਜਦਵਾਈ ਬਣਾਉ ਰਾਜਾ ਠੀਕ ਹੋਜੂ। ਹੂੰ। ਉਹ ਕਹਿਣ ਲੱਗਾ ਵੀ ਮੇਤਰਾ ਐ ਮੇਰਾ ਕੋਈ ਪਰਵਾਹ ਨਹੀਂ। ਹੂੰ। ਉੱਠੀ ਮੁੜ ਗਿਆ ਵਾਪਸ। ਮੁੜਿਆ ਵਾਪਸ। ਤੇ ਕਰੇ ਆਹਦੀ ਪੁੱਤ ਨੂੰ ਕਹਣਾ ਵੀ ਅੱਜ ਆਪਾਂ ਨੂੰ ਪਾਣੀ ਖੇਉ ਖੇ ਚੱਲਣਾ। ਹੂੰ। ਕਹਨਾਈ ਚੰਗਾ। ਖੇਤ ਬਾਗੀ। ਤੇ ਕਹਣਾ ਤੂੰ ਐ ਕਰ ਪੁੱਤ ਪੈ ਜਾਵੇਂ ਆਪਣੀ ਹਜੇ ਵਾਰੀ ਨਹੀਂ। ਜਦੋਂ ਆਪਣੀ ਵਾਰੀ ਆ ਗਈ ਨਾ ਮੈਂ ਤੈਨੂੰ ਜਗਾ ਲੂੰਗਾ। ਹੂੰ। ਜਦੋਂ ਮੁੰਡਾ ਪੈ ਗਿਆ ਕਹੀ ਨਾ ਗੱਲ ਵੱਡਤਾ। ਪਰ ਵੈਦ ਨੇ ਕਿਹਾ ਦੀ ਕਹਿੰਦਾ ਗੜ ਨਾਲ ਜੋੜ ਕੇ ਮੁਰਕੇ ਦੁਬਾਰੇ ਨਾਲ ਲਾਇਆ ਹਿੰ ਹਮ ਪਰ ਇਹ ਨਾ ਰੱਖੀ ਹਮ ਗੜ ਵੀ ਭਰ ਕੇ ਖੂਨ ਦੀ ਲੈ ਕੇ ਕੋਹੜੀ ਚੱਲ ਪਿਆ ਵੈਦ ਕੋਲੇ ਵਾ ਗਿਆ ਵੈਦ ਨੂੰ ਕਹਿੰਦਾ ਲਓ ਜੀ ਵੈਦ ਕਹਿੰਦਾ ਕਹਿੰਦਾ ਐਡਾ ਵੱਡਾ ਕੰਮ ਪੁੱਤ ਨਹੀਂ ਕਰਦੇ ਔਰਤ ਨਹੀਂ ਕਰ ਰਹੀ ਤੂੰ ਇੱਕ ਜ਼ਿਮੀਦਾਰਨ ਬਾਦਸ਼ਾਹ ਦੀ ਖਾਤਰ ਐਡਾ ਵੱਡਾ ਕਹਿੰਦਾ ਮੇਰਾ ਦੋਸਤ ਹੈ ਮੇਰਾ ਯਾਰ ਹੈ ਹਮ ਕਹਿੰਦਾ ਠੀਕ ਹੈ ਤਾਂ ਪੂਰਤੀ ਕਹਿੰਦਾ ਇਹ ਪੂਰਦਾ ਨਹੀਂ ਕੋਈ ਮਾਂ ਦਾ ਪੁੱਤ ਹੈ ਉਨੇ ਦੀ ਦਵਾਈ ਬਣਾ ਕੇ ਦਿੱਤੀ ਕਹਿੰਦਾ ਰਾਜੇ ਕੋਲੇ ਵਾਗਿਆ ਕਹਿੰਦਾ ਜਾ ਰਾਜੇ ਨੂੰ ਕਹਿੰਦੇ ਸ਼ੱਕ ਲੈ ਇਹਨੂੰ ਖਾਇਆ ਕਰ ਹੂੰ ਰਾਜਾ ਜਿਉਂ-ਜਿਉਂ ਖਾਣ ਲੱਗਿਆ ਭਾਈ ਉਹ ਠੀਕ ਹੁੰਦਾ ਤੁਰਿਆ ਗਿਆ ਜਦੋਂ ਠੀਕ ਹੋ ਗਿਆ ਉਹ ਰਾਜਾ ਕਹਿਣ ਲੱਗਿਆ ਮੈਨੂੰ ਐ ਦੱਸ ਤਾਂ ਇਹ ਦਵਾਈ ਕਿੱਥੋਂ ਨਿਆਂਦੀ ਹੈ ਕਿਵੇਂ ਬਣਾਈ ਹੈ ਹੂੰ ਤੂੰ ਵਰਤਾਨ ਦਾ ਸਾਰਾ ਉਹ ਕਹਿੰਦਾ ਨਹੀਂ ਤਾਂ ਐ ਵਰਤਾਨ ਤੋਂ ਕੀ ਲੈਣਾ ਹੂੰ ਕਹਣਾ ਨਹੀਂ ਯਾਰ ਫਿਰ ਉਹਨੇ ਦੱਸਿਆ ਕਹਿੰਦਾ ਵੈਦ ਨੇ ਕਿਹਾ ਸੀਗਾ ਵੀ ਜੀਠਾ ਪੁੱਤਰ ਹੋਵੇ ਉਹਦਾ ਗਲ ਵਢ ਕੇ ਖੂਨ ਦੀ ਗੜਬੀ ਲਿਆ ਦੇ ਤੇ ਮੈਂ ਦਵਾਈ ਬਣਾਉਂਗਾ ਰਾਜਾ ਠੀਕ ਹੋਊਗਾ ਤੇ ਉਹ ਤਾਂ ਜਦੋਂ ਇਆਂ ਆ ਗਿਆ ਤੇ ਉਧਰ ਸ਼ਿਵਜੀ ਮਹਾਰਾਜ ਪਾਰਵਤੀ ਬੈਲ ਤੇ ਬੈਠੇ ਆ ਰਹੇ ਨੇ ਉਹ ਜਿੱਥੇ ਉਹ ਮੁੰਡਾ ਪਿਆ ਤੀ ਉੱਤੇ ਚਾਦਰਾਂ ਦਿੱਤਾ ਜੇਦੋ ਉੱਥੋਂ ਦੀ ਨੰਗੇ ਬਲਦ ਦਾ ਪੈਰ ਵੱਜਿਆ ਪੈਰ ਵੱਜਿਆ ਤੂੰ ਕਪੜਾ ਲੈ ਗਿਆ ਪਾਰਵਤੀ ਕਹਿੰਦੀ ਤੈਂ ਤਾਂ ਮਾਰਤਾ ਹੈ ਹੂੰ ਕਿਰ ਤਾਂ ਬਲਦ ਨੇ ਤਾਂ ਗਲ ਵੜਤਾ ਹੂੰ ਉਹ ਕਹਿੰਦਾ ਨਹੀਂ ਪਾਰਵਤੀ ਆ ਪਤਾ ਤੇ ਗਲ ਕਰਨੀ ਦੀ ਨੰਗੇ ਨਹੀਂ ਕਹਿੰਦੀ ਨਾ ਤਾਂ ਤਾਂ ਗਲ ਵੜਤਾ ਇਹਦਾ ਬਲਦ ਦੇ ਪੈਰ ਨੇ ਗਲ ਵੜਤਾ ਇਹ ਤਾਂ ਪਾਪ ਹੋ ਗਿਆ ਜ਼ੁਲਮ ਹੋ ਗਿਆ ਬਹੁਤ ਵੱਡਾ ਪਾਤੂ ਤਾਂ ਤੁਸੀਂ ਇਹਨੂੰ ਸਰਜੀਤ ਕਰੋ ਹੂੰ ਚਲਪਈਓ ਨੇ ਛੇ ਭਗਵਾਨ ਨੇ ਉਹਦੀ ਰੂਹ ਵਾਪਸ ਮੰਗਾਈ ਊਂਡਾ ਉੱਠ ਕੇ ਘਰੇ ਆ ਗਿਆ ਜਦੋਂ ਉਧਰੋਂ ਉਹ ਜ਼ਿਮੀਦਾਰ ਘਰੇ ਆ ਗਿਆ ਉਹ ਕਹਿੰਦਾ ਬਾਪੂ ਤਾਂ ਮੈਨੂੰ ਜਗਾਇਆ ਤਾਂ ਹੈ ਨਹੀਂ ਮੈਂ ਤਾਂ ਜਦੋਂ ਦਿਨ ਚੜ ਗਿਆ ਬਤ ਉਹ ਦ ਆਇਆ ਉਹਨੇ ਕਹ ਸ਼ੁਕਰ ਹੈ ਮਾਲਕਾ ਤੇਰਾ ਵੀ ਮੇਰੇ ਜਿਹੜਾ ਮੈਂ ਪਰਉਪਕਾਰ ਕਰਿਆ ਸੀ ਮੈਨੂੰ ਉਹਦਾ ਹੱਕ ਤਾਂ ਦੇ ਤਾ ਭਈ ਰਾਜੇ ਨੇ ਉਸੇ ਟਾਈਮ بیل ਕੇ ਬੱਗੀ ਆਉਦੀ ਨੌਕਰਾਂ ਨੂੰ ਕਹਿੰਦਾ ਜਾਓ ਜ਼ਿਮੀਦਾਰ ਨੂੰ ਲੈ ਕੇ ਆਓ ਜਾ ਕੇ ਪਾਰ ਤੇ ਬੱਗੀ ਆ ਖੜੀ ਉਹ ਕਹਿੰਦੇ ਵੀ ਤੇਰੇ ਰਾਜੇ ਦੋਸਤ ਨੇ ਤੈਨੂੰ ਬੁਲਾਇਆ ਹੈ ਜ਼ਿਮੀਦਾਰ ਕਹਿੰਦਾ ਕੀ ਕੰਮ ਆ ਕਹਿੰਦੇ ਕੰਮ ਤਾਂ ਸਾਨੂੰ ਦੱਸਿਆ ਨਹੀਂ ਪਰ ਤੈਨੂੰ ਬੁਲਾਇਆ ਆ ਜਾ ਹਮ ਬੈਠ ਬੱਗੀ ਦੇ ਵਿੱਚ ਬਹਾਇਆ ਬੱਗੀ 'ਚ ਬਾਸ਼ਾ ਨੇ ਬਹੁਤ ਉਹਦਾ ਸਤਿਕਾਰ ਆਦਰ ਕਰਿਆ ਉਹ ਕਹਿਣ ਲੱਗਾ ਮੈਂ ਤੇਰੇ ਨਵ ਰਾਜ ਕਰਾਉਣਾ ਹਾਂ ਉਹ ਪਈ ਫੇਰ ਪਰਿਵਾਰ ਪਿੱਟ ਟੁੱਟਿਆ ਬਾਪੂ ਤੇ ਨੂੰ ਸ਼ਾਮਾਂਗੇ ਕਹਿੰਦਾ ਉਹ ਤਾਂ ਕਿਸੇ ਨੇ ਸ਼ਾਮਿਆਂ ਨਹੀਂ ਉਹ ਜ਼ਿਮੀਦਾਰ ਕਹਿੰਦਾ ਨਹੀਂ ਯਾਰ ਤੂੰ ਐਡਾ ਨਾ ੱਕਾ ਨਾ ਕਰ ਉਹ ਕਹਿੰਦਾ ਦੇ ਕਰੂੰਗਾ ਸਹੀ ਮੈਂ ਚੰਗਾ ਦਾ ਰਾਜ ਤੈਨੂੰ ਦਿਉ ਮੂੰ ਤਾਂ ਕਹਿੰਦਾ ਇਹ ਮੈਨੂੰ ਬਾਸ ਨਾ ਰੋਟੀ ਫੜਾਉਂਦੇ ਰਹੇ ਨੇ ਸਾਰਾ ਪਰਿਵਾਰ ਕੋਈ ਪੁੱਤਰੀ ਲਵੇ ਲੱਗਿਆ ਕੋਈ ਔਰਤ ਨਹੀਂ ਲਵੇ ਲਗੀ ਤੂੰ ਮੇਰੀ ਖਾਤਰ ਕਿੱਡੀ ਬਲੀਦਾਨ ਕੀਤਾ ਫਿਰ ਉਹਨੇ ਅਵਰਤ ਨੂੰ ਸਮਝਾਇਆ ਆਪਦੇ ਨੂੰ ਨਵੇਂ ਮੁੰਡਿਆਂ ਨੂੰ ਕਹਿੰਦਾ ਉਹ ਮੇਰੀ ਖਾਤਰ ਨੇ ਪੁੱਤ ਦਾ ਗਲ ਵੱਢ ਕੇ ਮੈਨੂੰ ਖੂਨ ਚ ਦਵਾਈ ਬਣਵਾ ਕੇ ਦਿੱਤੀ ਆਪਦੇ ਪੁੱਤ ਦੇ ਚ ਇਹ ਮੈਂ ਤਾਂ ਸਾਰਾ ਦੇਣਾ ਤੀ ਹੁਣ ਜ਼ਿੰਮੇਦਾਰ ਨਹੀਂ ਮੰਨਦਾ ਉਹ ਕਹਿੰਦਾ ਨਹੀਂ ਇਹ ਵੀ ਤੇਰੀ ਲਾਦ ਹੈ ਇਹ ਔਖੇ ਹੋਣ ਕਿ ਬਾਦਸ਼ਾਹ ਦੇ ਪੁੱਤ ਨੇ ਇਹਨਾਂ ਨੇ ਕਿਹੜਾ ਕੋਈ ਕੰਮ ਕਰਿਆ ਵੀ ਤੂੰ ਐ ਨਾ ਕਰਾ ਉਹ ਕਹਣਾ ਲਾਇਆ ਫਿਰ ਤੈਨੂੰ ਅੱਧਾ ਰਾਜ ਦੇਵਾਂ ਤੈਨੂੰ ਅੱਧੇ ਰਾਜ ਦੀ ਆਮਦਨ ਤੈਨੂੰ ਘਰੇ ਬੈਠੇ ਨੂੰ ਆਊਗੀ ਹੂੰ ਜੋ ਵੀ ਚੀਜ਼ ਆ ਵੀ ਦੋਸਤੀ ਜਾਰੀ ਪਗਾਉਣੀ ਕਹਿੰਦੇ ਨੇ ਬਹੁਤ ਔਖੀ ਆ ਚਾਹੇ ਤਾਂ ਪਾਗ ਦੀ ਜਾਰੀ ਸ਼ਾਹਲੀ ਨੇ ਪਗਾਈ ਦੀ ਦਹੂਦ ਵਿਹਾਈ ਦੀ ਹੂੰ ਜਿਉਂਦਿਆਂ ਨਹੀਂ ਆਉਂਦੀਆਂ ਲੋਕਾਂ ਜਾਂ ਮਗਰੋਂ ਸਭ ਛੱਡ ਜਾਂਦੇ ਨੇ ਤੇ ਚਾਹੇ ਪਰ ਉਹ ਜੱਟ ਨੇ ਪਗਾਈ ਰਾਜੇ ਦੀ ਜਾਰੀ ਵੀ ਨਹੀਂ ਪਗਾਉਣੀ ਬਹੁਤ ਔਖੀ ਆ ਤੇ ਜਿਹੜੀ ਦੂਰੀਆਂ ਦਾਈ ਦੇ ਜਾਂ ਇਹ ਦੂਜੇ ਦੋਸਤ ਮਿੱਤਰ ਉਹਦੇ ਉਹਦਾ ਸਭ ਸਾਥ ਪਏ ਤੋਂ ਸਾਡੇ ਜਾਂਦੇ ਭੱਜ ਜਾਂਦੇ ਨੇ ਪਰ ਉਹਨਾਂ ਦਾ ਅਜੇ ਨਾਂ ਵੀ ਦੁਨੀਆ 'ਚ ਚਮਕਦਾ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਤੁਰ ਲਾਤਾ ਉਪਰ ਕੋਈ ਬੁਢੇ ਨੂੰ ਲੈ ਕੇ ਡਾਕਟਰ ਕੋਲੇ ਉਹ ਪੰਡਾ ਡਾਕਟਰ ਆਏ ਅਜੋਂ ਪਹਿਲੀਆਂ 'ਚ ਇਹ ਆਪਣੇ ਮੂੰਹ 'ਚ ਨਹੀਂ ਲਾਉਂਦੇ ਤੇ ਫਰਮਾ ਮੀਟਰ ਜਾਂ ਕੋਈ ਕਹਿੰਦਾ ਲਵਾ ਬਹਲਾ ਉਹਨੇ ਆਖਿਆ ਕਿ ਗੋਲੀਆਂ ਬੁਢਾ ਵੀ ਉਹਨੂੰ ਚੱਬ ਗਿਆ ਗੱਲ ਤੇ ਦੇਣ ਗੱਲ ਤੇ ਦੇਣ ਉਹ ਕਹਿੰਦਾ ਲਿਆ ਬਾਬਾ ਕਹਿੰਦਾ ਸਵਰਾ ਕੈਪਸੂਲੀ ਬਾ ਵੱਡਾ ਮਸਾ ਨਗਾ ਆ ਉਹ ਕਹਿੰਦਾ ਕਾਲਾ ਬੁਰੇ ਦਾ ਮਰੂ ਕਹਿੰਦਾ ਕੰਤ ਖਾ ਗਿਆ ਦੂਜਾ ਨੰਬਰ ਹਾਂ ਤੂੰ ਕਹਾਂ ਪਰ ਮੈਨੂੰ ਕੀ ਪਤਾ ਮੇਰੇ ਬਾਦ ਤੂੰ ਗੋਲੀ ਦਿੱਤੀ ਐ ਕਹਿੰਦਾ ਮੈਂ ਵੀ ਕੰਮ ਐਡਾ ਵੱਡਾ ਕੈਪਸੂਲ ਖਾਉਂ ਕਿਵੇਂ ਕਹਿੰਦਾ ਹੋਰ ਵੀ ਮੈਂ ਖਾ ਹੀ ਲਿਆ ਕਹਿੰਦਾ ਚੱਬ ਲਿਆ ਉਹ ਗੱਲ ਤੇਰੀ ਗੋਲੀ ਦੀ ਮਾਂ ਕਿੰਨੇ ਕਿਦਰ ਦਖਰੂਗੀ ਇਹ ਵਿੱਚ ਕਾਂਚ ਤੇ ਖਾ ਵੀ ਜਾਂਦੇ ਸੀ ਲੋਕ ਹੂੰ ਪਹਿਲਾਂ ਕਾਂਚ ਤੇ ਖਾ ਵੀ ਜਾਂਦੇ ਸੀ ਖਾ ਜਾਂਦੇ ਲੋਕਾਂ ਨੂੰ ਪੇਤ ਨਹੀਂ ਇਹ ਜੀਦਾ